ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੀਡੀਅਮ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। PSSB ਜਿਸ ਦਾ ਰਿਜ਼ਲਟ 7 ਜਾਂ 8 ਤਰੀਕ ਨੂੰ ਆ ਜਾਣਾ ਚਾਹੀਦਾ ਸੀ, ਉਹ ਰਿਜ਼ਲਟ ਅਜੇ ਤੱਕ ਨਹੀਂ ਆਇਆ। ਅੱਜ 11 ਸਤੰਬਰ ਹੋ ਚੁੱਕੀ ਹੈ ਦੋਸਤੋ। ਇਹਨਾਂ ਦਾ ਜਿਹੜਾ ਕੰਟੈਕਟ ਅਸ ਸੈਕਸ਼ਨ ਦੇ ਵਿੱਚ ਜਿਹੜੇ ਨੰਬਰ ਦਿੱਤੇ ਗਏ ਹੋਏ ਹਨ, ਇਹਨਾਂ ਨੰਬਰਸ 'ਤੇ ਕਾਲ ਕਰਨ ਤੋਂ ਪਤਾ ਚੱਲਿਆ, ਮੇਰੇ ਕਈ ਦੋਸਤਾਂ ਨੇ ਇਹਨਾਂ ਨੂੰ ਕਾਲ ਕਰਕੇ ਪੁੱਛਿਆ, ਅਤੇ ਪਹਿਲਾਂ ਤਾਂ ਇਹ ਕਹਿ ਰਹੇ ਸਨ ਕਿ 1-2 ਦਿਨ ਦੇ ਵਿੱਚ ਆ ਜਾਵੇਗਾ, 7-8 ਨੂੰ ਆ ਜਾਵੇਗਾ, ਜਾਂ ਵੱਧ ਤੋਂ ਵੱਧ ਸੋਮਵਾਰ ਨੂੰ ਆ ਜਾਵੇਗਾ। ਪਰ ਦੋਸਤੋ, ਹੁਣ ਇਹਨਾਂ ਦਾ ਕਹਿਣਾ ਕਿ ਅੱਜ ਹੁਣੇ ਥੋੜ੍ਹਾ ਟਾਈਮ ਪਹਿਲਾਂ ਮੈਂ ਕਾਲ ਲਗਾਈ ਸੀ, ਇਹਨਾਂ ਦਾ ਕਹਿਣਾ ਕਿ ਜਿਹੜਾ ਇਹਨਾਂ ਦਾ ਇਲੈਕਸ਼ਨ ਡਿਪਾਰਟਮੈਂਟ ਹੈ, ਆਪਣਾ ਜਿਹੜਾ ਇਲੈਕਸ਼ਨ ਡਿਪਾਰਟਮੈਂਟ ਹੈ, ਉਹਨਾਂ ਨੇ ਹੁਣ ਚੋਣ ਜ਼ਾਬਤਾ ਲਗਾ ਰੱਖਿਆ, ਵੋਟਾਂ ਜਿਹੜੀਆਂ ਕਿ 19 ਤਰੀਕ ਨੂੰ ਪੈਣੀਆਂ ਹਨ। ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਕੋਲ ਇਸ ਬਾਰੇ ਦੇ ਵਿੱਚ ਚਿੱਠੀ ਭੇਜੀ ਹੋਈ ਹੈ ਕਿ ਰਿਜ਼ਲਟ ਡਿਕਲੇਅਰ ਕਰਨ ਦੇ ਲਈ ਤੁਹਾਡੀ ਅਨੁਮਤੀ ਚਾਹੀਦੀ ਹੈ, ਪਰ ਇਲੈਕਸ਼ਨ ਡਿਪਾਰਟਮੈਂਟ ਨੇ ਹਜੇ ਤੱਕ ਉਹਨਾਂ ਨੂੰ ਇਹ ਪਰਮਿਸ਼ਨ ਨਹੀਂ ਦਿੱਤੀ ਕਿ ਰਿਜ਼ਲਟ ਪਾ ਦਿੱਤਾ ਜਾਵੇ। ਦੋਸਤੋ, ਹੁਣ ਤੁਸੀਂ ਇਹ ਕਹੋਗੇ ਕਿ ਜਿਹੜਾ PPSC ਦਾ PCS ਦਾ ਰਿਜ਼ਲਟ ਹੈ ਅਤੇ 4 ਆਫ 2016 ਦੇ ਸਟੈਨੋ ਦਾ ਰਿਜ਼ਲਟ ਹੈ, ਉਹ ਵੀ ਚੋਣ ਜ਼ਾਬਤੇ ਦੇ ਵਿੱਚ ਹੀ ਪਿਆ ਦੋਸਤੋ, ਪਰ ਉਹਨਾਂ ਨੇ ਇਹ ਪਰਮਿਸ਼ਨ ਪਹਿਲਾਂ ਲੈ ਲਈ ਸੀ ਇਲੈਕਸ਼ਨ ਡਿਪਾਰਟਮੈਂਟ ਤੋਂ, ਜਿਹੜੀ ਕਿ ਉਹਨਾਂ ਨੂੰ ਮਿਲ ਗਈ ਸੀ ਇਹ ਪਰਮਿਸ਼ਨ। ਪਰ ਦੋਸਤੋ, ਇਹਨਾਂ ਨੇ ਜਿਹੜੀ PSSB ਕਲਰਕ ਦੇ ਲਈ ਪਰਮਿਸ਼ਨ ਮੰਗੀ ਹੋਈ ਹੈ, ਉਹਨਾਂ ਨੇ ਇਲੈਕਸ਼ਨ ਡਿਪਾਰਟਮੈਂਟ ਨੇ ਹਜੇ ਕੋਈ ਉੱਤਰ ਨਹੀਂ ਦਿੱਤਾ। ਸੋ 19 ਤਰੀਕ ਨੂੰ ਜਿਹੜੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਹਨ, 19 ਸਤੰਬਰ ਨੂੰ ਉਹ ਇਲੈਕਸ਼ਨਸ ਤੋਂ ਬਾਅਦ ਜਾਂ ਫਿਰ ਇਹਨਾਂ ਦੀ ਉਸ ਤੋਂ ਪਹਿਲਾਂ ਤਾਂ ਹੀ ਪਾਇਆ ਜਾ ਸਕਦਾ ਹੈ ਜੇਕਰ ਜਿਹੜੀ ਇਲੈਕਸ਼ਨ ਡਿਪਾਰਟਮੈਂਟ ਹੈ ਉਹਨਾਂ ਦੀ ਪਰਮਿਸ਼ਨ ਮਿਲ ਜਾਵੇ। ਦੋਸਤੋ, ਇਸ ਕਰਕੇ ਇਹ ਜਿਹੜਾ ਰਿਜ਼ਲਟ ਹੈ PSSB ਕਲਰਕ ਦਾ, ਉਹ ਡਿਲੇ ਹੋ ਰਿਹਾ ਹੈ। ਕੋਈ ਗੱਲ ਨਹੀਂ ਦੋਸਤੋ, ਹੁਣ 16 ਤਰੀਕ 9ਵਾਂ ਮਹੀਨਾ 2018 ਨੂੰ ਜਿਹੜਾ ਕਿ ਚੋਣ ਕਨਗੋ ਦਾ ਪੇਪਰ ਹੈ ਉਹ ਹੋਣ ਜਾ ਰਿਹਾ। ਦੋਸਤੋ, ਜਿਹੜੇ ਦੋਸਤਾਂ ਨੇ ਉਹ ਪੇਪਰ ਭਰਿਆ, ਉਹ ਆਪਣੀ ਪ੍ਰੈਕਟਿਸ ਪੂਰੀ ਕਰ ਲੈਣ, ਉਸ ਦੇ ਲਈ ਪੂਰਾ ਪੜ੍ਹਨ ਅਤੇ ਆਪਣੇ 100% ਉਸ ਦੇ ਵਿੱਚ ਲਗਾ ਦਿਓ ਦੋਸਤੋ। ਅਤੇ ਇਹ ਚੈਨਲ ਆ ਜਿਹੜਾ ਆਪਣਾ ਪੰਜਾਬੀ ਮੀਡੀਅਮ, ਇਹ ਸਪੈਸ਼ਲ ਇਸੇ ਗੱਲ ਦੇ ਲਈ ਪਾਇਆ ਗਿਆ ਕਿ ਜਿਹੜੇ ਵੀ ਪੰਜਾਬ ਦੇ ਸੈਂਟਰਲ ਗਵਰਨਮੈਂਟ ਦੇ ਟੈਸਟ ਆਉਂਦੇ ਹਨ, ਉਹਨਾਂ ਨੂੰ ਤੁਹਾਨੂੰ ਪੂਰੇ ਸਹੀ ਸਰਲ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਤੁਹਾਨੂੰ ਸਾਰਾ ਵਿਸਥਾਰ ਪੂਰਵਕ ਦੱਸਿਆ ਜਾਵੇ। ਅਤੇ ਦੋਸਤੋ, ਇਹ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਵੋ। ਸੋ ਸਤਿ ਸ਼੍ਰੀ ਅਕਾਲ ਦੋਸਤੋ।